नौवीं क्लास के सारे बच्चों को मेरे वालों प्यार भरी सत श्री अकाल। ते आज मैं कर रही हाँ एक्सरसाइज 6.2 लई थ्यूरम नंबर 6.4। ठीक है, 6.4 थ्यूरम की है कि जे एक काटवी रेखा दो समान अंतर रेखावां नूं कटे, जिदा यह दो समान अंतर रेखावां हैगियां, एक ए बी है तो दूजी सी डी है। ठीक है, इन्हां नूं एक रेखा कटदी है, यह वाली रेखा कटदी पई है, ट्रांसवर्सल लाइन है यह पी क्यू। ठीक है, इन्हां नूं कटदी कित्थे कटदी, एक बिंदू ई ते कटदी, एक बिंदू एफ ते कटदी। ठीक है, दो बिंदुआं ते कट जांदी दोनों नूं। तां काटवीं रेखा दे एक ही पासे अंदरले कोणां दा हरेक जोड़ा संपूरक हुंदा है। संपूरक मैंने संपूरक कोण उह कोण हुंदे आ जिन्हां दा दोवां दा जोड़ 180 डिग्री हो जाए, उन्हां नूं असीं संपूरक कोण बोलदे आ। जदों दो कोणां दा जोड़ 90 डिग्री होवे तां उह पूरक कोण हुंदे आ, ते जे संपूरक है ते दो कोणां दा जोड़ 180 डिग्री हुंदा। ठीक है, तां असीं इह सिद्ध करना कि इह जिहड़ी लाइन आउंदी है कट के जांदी है, इन्हां दोनों लाइनां दे अंदर ਦੇ ਅੰਦਰਲੇ ਪਾਸੇ ਜਿਹੜੀ ਸਪੇਸ ਹੈ, ਇੱਥੇ ਜਿਹੜੇ ਦੋ ਕੋਣ ਇੱਕੋ ਪਾਸੇ ਆਲਟਰਨੇਟ ਨਹੀਂ, ਇੱਕੋ ਪਾਸੇ ਜਿਹੜੇ ਦੋਨੇ ਕੋਣ ਬਣਦੇ ਆ, ਇਹਨਾਂ ਦੋਨਾਂ ਕੋਣਾਂ ਦਾ ਇਹ ਵਾਲੇ ਦੋਨੇ ਕੋਣ ਜਿਹੜੇ ਇਹਨਾਂ ਦਾ ਜੋੜ ਅਸੀਂ ਸਿੱਧ ਕਰਨਾ ਕਿ 180 ਡਿਗਰੀ ਹੁੰਦਾ, ਕਿ ਇਹ ਦੋਨੇ ਕੋਣ ਸੰਪੂਰਕ ਹੁੰਦੇ ਆ। ਠੀਕ ਹੈ, ਤਾਂ ਦੇਖੋ ਦਿੱਤਾ ਹੈ ਸਾਨੂੰ ਏ ਬੀ ਸਮਾਨ ਅੰਤਰ ਸੀ ਡੀ, ਇਹਦੇ 'ਚ ਦਿੱਤਾ ਹੋਇਆ ਕਾਟਵੀਂ ਰੇਖਾ ਦੋ ਸਮਾਨ ਅੰਤਰ ਰੇਖਾਵਾਂ ਨੂੰ ਕੱਟਦੀ ਹੈ। ਠੀਕ ਹੈ, ਏ ਬੀ ਸਮਾਨ ਅੰਤਰ ਸੀ ਡੀ, ਅਤੇ ਪੀ ਕਿਊ ਜਿਹੜੀ ਕਾਟਵੀ ਰੇਖਾ ਆ ਜਿਹੜੀ ਇਹਨਾਂ ਦੋਨਾਂ ਲਾਈਨਾਂ ਨੂੰ ਈ ਅਤੇ ਐਫ 'ਤੇ ਕੱਟਦੀ ਹੈ। ਠੀਕ ਹੈ, ਉਸ ਤੋਂ ਬਾਅਦ ਸਿੱਧ ਕੀ ਕਰਨਾ ਸੀ, ਐਂਗਲ ਏ ਈ ਐਫ, ਦੇਖੋ ਏ ਈ ਐਫ ਇਹਦਾ ਨਾਂ ਹੈ। ਠੀਕ ਹੈ, ਪਲੱਸ ਐਂਗਲ ਸੀ ਐਫ ਈ, ਸੀ ਐਫ ਈ ਇਹ ਵਾਲਾ ਕੋਣ ਇਜ ਇਕੁਅਲ ਟੂ 180 ਡਿਗਰੀ। ਠੀਕ ਹੈ, ਇਹ ਅਸੀਂ ਪ੍ਰੂਵ ਕਰਨਾ, ਸਿੱਧ ਕਰਨਾ। ਹੁਣ ਅਸੀਂ ਪ੍ਰੂਫ 'ਤੇ ਆ ਜਾਂਦੇ ਹਾਂ, ਸਬੂਤ 'ਤੇ ਆ ਜਾਂਦੇ ਹਾਂ। ਸਾਨੂੰ ਪਤਾ ਆ ਕਿ ਐਂਗਲ ਏ ਈ ਐਫ ਬਰਾਬਰ ਹੈ ਐਂਗਲ ਸੀ ਐਫ ਕਿਊ, ਏ ਈ ਐਫ ਇਹ ਵਾਲਾ ਐਂਗਲ ਬਰਾਬਰ ਹੈ ਇਸ ਐਂਗਲ ਦੇ ਆ। ਇਹ ਦੋਨੇ ਕੋਣ ਸੰਗਤ ਕੋਣ ਆ, ਸਾਨੂੰ ਪਤਾ ਜਦੋਂ ਦੋ ਸਮਾਨ ਅੰਤਰ ਰੇਖਾਵਾਂ ਨੂੰ ਇੱਕ ਰੇਖਾ ਕੱਟੇ ਤਾਂ ਸੰਗਤ ਕੋਣ ਬਰਾਬਰ ਹੁੰਦੇ ਆ। ਠੀਕ ਹੈ ਨਾ, ਅਤੇ ਹੁਣ ਇਹ ਦੋਨੇ ਅਸੀਂ ਲਿਖ ਲਏ, ਇਹ ਦੋਨੇ ਕੋਣ ਬਰਾਬਰ ਹੈ, ਕਾਰਨ ਲਿਖ ਦਿੱਤਾ ਅੱਗੇ ਕਿ ਇਹ ਸੰਗਤ ਕੋਣ ਆ। ਠੀਕ ਹੈ, ਉਸ ਤੋਂ ਬਾਅਦ ਅੱਗੇ ਅਸੀਂ ਆ ਜਾਈਏ ਤਾਂ ਐਂਗਲ ਸੀ ਐਫ ਕਿਊ ਪਲੱਸ ਐਂਗਲ ਸੀ ਈ ਐਫ ਬਰਾਬਰ 180 ਡਿਗਰੀ। ਇਹ ਕੋਣ ਦੋਨੇ, ਇਹ ਦੋਨੇ ਕੋਣ ਰਲ ਕੇ 180 ਡਿਗਰੀ ਦਾ ਕੋਣ ਬਣਾਉਂਦੇ ਆ। ਠੀਕ ਹੈ, ਇਹਨਾਂ ਦੋਨਾਂ ਦਾ ਨਾਂ ਲਿਖਿਆ ਮੈਂ, ਇੱਕ ਲਿਖਿਆ ਮੈਂ ਸੀ ਐਫ ਕਿਊ ਅਤੇ ਇੱਕ ਸੀ ਐਫ ਈ। ਠੀਕ ਹੈ, ਸੀ ਐਫ ਕਿਊ ਪਲੱਸ ਸੀ ਐਫ ਈ ਇਹ ਬਰਾਬਰ 180 ਡਿਗਰੀ, ਕਿਉਂ ਆ, ਕਿਉਂਕਿ ਇਹ ਰੇਖੀ ਜੋੜਾ ਹੈ। ਠੀਕ ਹੈ, ਇੱਕ ਸਿੱਧੀ ਰੇਖਾ ਬਣਾਉਂਦੇ ਪਏ ਆ। ਹੁਣ ਦੇਖੋ ਕਿ ਇੱਥੇ ਏ ਈ ਐਫ ਜਿਹੜਾ ਉਹ ਸੀ ਐਫ ਕਿਊ ਦੇ ਬਰਾਬਰ ਹੈ, ਏ ਈ ਐਫ ਜਿਹੜਾ ਸੀ ਐਫ ਕਿਊ ਦੇ ਬਰਾਬਰ ਹੈ, ਅਤੇ ਇੱਥੇ ਸੀ ਐਫ ਕਿਊ ਪਲੱਸ ਸੀ ਈ ਐਫ ਜਿਹੜਾ 180 ਡਿਗਰੀ ਹੈ, ਤਾਂ ਜਿੱਥੇ ਸੀ ਈ ਸੀ ਐਫ ਕਿਊ ਹੈ ਉਹਦੀ ਜਗ੍ਹਾ 'ਤੇ ਅਸੀਂ ਉਹਦੇ ਬਰਾਬਰ ਵਾਲੀ ਚੀਜ਼ ਲਿਖ ਸਕਦੇ ਹਾਂ। ਠੀਕ ਹੈ ਨਾ, ਅਸੀਂ ਉਹਦੀ ਜਗ੍ਹਾ 'ਤੇ ਉਹਦੇ ਬਰਾਬਰ ਵਾਲੀ ਚੀਜ਼ ਰੱਖ ਸਕਦੇ ਹਾਂ, ਇਹਦੇ ਬਰਾਬਰ ਹੈ ਏ ਈ ਐਫ, ਹੁਣ ਇਹਦੀ ਜਗ੍ਹਾ 'ਤੇ ਅਸੀਂ ਏ ਈ ਐਫ ਕਰ ਦਿੱਤਾ ਪਲੱਸ ਇਹ ਤਾਂ ਸੀ ਈ ਐਫ ਹੈਗਾ ਹੀ ਆ, ਸੀ ਐਫ ਈ ਸੋਰੀ, ਇਹ ਸੀ ਐਫ ਈ ਹੈਗਾ, ਅਤੇ ਇਹ ਇਕੁਅਲ ਟੂ ਫਿਰ 180 ਡਿਗਰੀ ਹੋ ਗਿਆ। ਇਹ ਅਸੀਂ ਪ੍ਰੂਫ ਕਰਨਾ ਹੈ, ਇਹ ਪ੍ਰੂਫ ਕਰਨਾ ਹੈ ਨਾ, ਇਹਦੇ ਵਿੱਚ ਏ ਈ ਐਫ ਪਲੱਸ ਸੀ ਐਫ ਈ ਬਰਾਬਰ 180 ਡਿਗਰੀ। ਸੋ ਇਹ ਸਾਡੀ ਥਿਊਰਮ ਜਿਹੜੀ ਕੰਪਲੀਟ ਹੋ ਜਾਂਦੀ ਆ। ਅਸੀਂ ਚਾਰ ਥਿਊਰਮਸ ਤਾਂ ਕਰ ਲਈਆਂ ਹੈ ਨਾ, ਇਹਨਾਂ ਚਾਰ ਥਿਊਰਮ ਦੇ ਵਿੱਚ ਜਿਹੜੀ ਸਾਨੂੰ ਜਿਹੜੀਆਂ ਟਰਮਸ ਯੂਜ਼ ਹੋਈਆਂ, ਜਿਹੜੀਆਂ ਗੱਲ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ, ਜਿੱਦਾਂ ਸੰਗਤ ਕੋਣ ਸੀਗੇ, ਇੱਕ ਅੰਤਰ ਅੰਦਰਲੇ ਕੋਣ, ਇੱਕ ਪਾਸੇ ਦੇ ਅੰਦਰਲੇ ਕੋਣ, ਸਿਖਰ ਸਨਮੁਖ ਕੋਣ, ਇਹਨਾਂ ਬਾਰੇ ਗੱਲ ਹੋਈ ਹੈ ਨਾ ਇੱਥੇ, ਇਹ ਸਾਰੀਆਂ ਚੀਜ਼ਾਂ ਬਾਰੇ ਜਦੋਂ ਮੈਂ ਥਿਊਰਮ ਕਰਾਈ ਉਹਨਾਂ ਵਿੱਚ ਗੱਲ, ਉਸ ਤੋਂ ਪਹਿਲਾਂ ਜਿਹੜੀ ਇੱਕ ਵੀਡੀਓ ਬਣਾਈ ਸੀ ਇੰਟਰੋਡਕਸ਼ਨ ਵਾਲੀ, ਉਹਦੇ ਵਿੱਚ ਸਾਰੀਆਂ ਚੀਜ਼ਾਂ ਸਮਝਾਈਆਂ ਸੀ। ਠੀਕ ਹੈ, ਪਰ ਫਿਰ ਇੱਕ ਵਾਰੀ ਉਹਦੀ ਯਾਦ ਤੁਹਾਨੂੰ ਤਾਜ਼ਾ ਕਰਾ ਦਾਂ ਕਿ ਸੰਗਤ ਕੋਣ ਕੀ ਹੁੰਦੇ ਆ। ਜਦੋਂ ਕੋਈ ਵੀ ਦੋ ਲਾਈਨਾਂ ਹੈਗੀਆਂ ਉਹਨਾਂ ਨੂੰ ਤੀਸਰੀ ਲਾਈਨ ਇੱਕ ਕੱਟ ਜਾਂਦੀ ਆ, ਠੀਕ ਹੈ, ਟੂ ਲਾਈਨਸ ਅਤੇ ਇੱਕ ਟ੍ਰਾਂਸਵਰਸਲ ਲਾਈਨ, ਜਦੋਂ ਪੈਰਲਲ ਆ ਫਿਰ ਤਾਂ ਇਹ ਬਰਾਬਰ ਜਿਹੜੇ ਜੋੜੇ ਬਣਨੇ ਉਹ ਬਰਾਬਰ ਹੁੰਦੇ ਆ। ਠੀਕ ਹੈ, ਤਾਂ ਜੇ ਪੈਰਲਲ ਨਹੀਂ ਵੀ ਹੈਗੇ ਤਾਂ ਵੀ ਨਾਂ ਇਹੀ ਹੁੰਦੇ ਉਹਨਾਂ ਦੇ, ਜੇ ਦੋ ਜਿਹੜੀਆਂ ਲਾਈਨਾਂ ਆ ਸਮਾਨ ਅੰਤਰ ਨਹੀਂ ਵੀ ਹੁੰਦੀਆਂ ਨਾ ਤਾਂ ਵੀ ਇਹ ਕੋਨਾਂ ਦੇ ਨਾਂ ਉਹ ਹੀ ਹੁੰਦੇ ਆ, ਪਰ ਜਦੋਂ ਇਹ ਸਮਾਨ ਅੰਤਰ ਹੁੰਦੇ ਆ ਫਿਰ ਇਹਨਾਂ ਦੀ ਕੰਡੀਸ਼ਨ ਬਦਲ ਜਾਂਦੀ ਆ, ਨਾਂ ਉਹ ਹੀ ਹੁੰਦੇ ਆ, ਸੰਗਤ ਕੋਣ ਹੀ ਹੁੰਦੇ ਆ। ਠੀਕ ਹੈ, ਜਾਂ ਇੱਕ ਅੰਤਰ ਅੰਦਰਲੇ ਕੋਣ ਹੀ ਹੁੰਦੇ ਆ। ਠੀਕ, ਹੁਣ ਦੇਖੋ
ਇੱਥੇ ਤੁਹਾਨੂੰ ਮੈਂ ਜਿਹੜਾ ਸੰਗਤ ਕੋਣ ਹੈ ਉਹਨਾਂ ਵਾਸਤੇ ਚਾਰ ਸਿਚੁਏਸ਼ਨਸ ਲੈ ਕੇ ਸਮਝਾਇਆ ਕਿ ਪਤਾ ਲੱਗ ਜਾਏ ਕਿ ਸੰਗਤ ਕੋਣ ਕੀ ਹੁੰਦੇ। ਜਿੱਦਾਂ ਇਹ ਦੋ ਲਾਈਨਾਂ ਹੈਗੀਆਂ ਸਾਡੇ ਕੋਲ, ਇਹ ਸਮਾਨ ਅੰਤਰ ਹੈ, ਇਹ ਇੱਕ ਰੇਖਾ ਇਹਨਾਂ ਨੂੰ ਕੱਟਦੀ ਹੈ। ਇਹਨਾਂ ਤਿੰਨਾਂ ਬਾਰੇ ਨਹੀਂ ਹਲੇ ਸੋਚਣਾ, ਠੀਕ ਹੈ। ਇਹ ਇੱਕ ਰੇਖਾ ਇਹਨਾਂ ਨੂੰ ਕੱਟਦੀ ਪਈ ਆ, ਇੱਥੇ ਆ ਦੋ ਕੋਣ ਬਣਦੇ ਪਏ ਸੇਮ ਦਿਸ਼ਾ 'ਚ, ਸੇਮ ਮਤਲਬ ਡਾਇਰੈਕਸ਼ਨ ਦੇ ਵਿੱਚ, ਸੇਮ ਡਾਇਰੈਕਸ਼ਨ 'ਚ ਬਣਦੇ ਆ। ਇੱਕ ਬਾਹਰ ਬਣਦਾ ਪਿਆ, ਇੱਕ ਅੰਦਰ ਬਣਦਾ ਪਿਆ, ਠੀਕ ਹੈ। ਇਹ ਸਾਡੇ ਸੰਗਤ ਕੋਣ ਹੈ, ਕੋਰਸਪੋਂਡਿੰਗ ਐਂਗਲ, ਠੀਕ ਹੈ। ਹੁਣ ਇੱਥੇ ਆ ਜਾਈਏ, ਇਸ ਲਾਈਨ ਨੂੰ ਭੁੱਲ ਜਾਓ, ਇਹ ਲਾਈਨ ਕੱਟਦੀ ਪਈ ਆ, ਟ੍ਰਾਂਸਵਰਸਲ ਲਾਈਨ ਇਹ ਹੈਗੀ ਆ। ਤਾਂ ਇੱਕ ਇਹ ਵਾਲਾ ਬਾਹਰ ਕੋਣ ਅਤੇ ਇੱਕ ਇਹ ਅੰਦਰ, ਮਤਲਬ ਸੇਮ ਡਾਇਰੈਕਸ਼ਨ 'ਚ ਬਣਦੇ ਪਏ ਇੱਧਰ ਨੂੰ, ਠੀਕ ਹੈ। ਇਹ ਸਾਡੇ ਕੋਰਸਪੋਂਡਿੰਗ ਐਂਗਲ ਆ। ਹੁਣ ਇਹ ਦੇਖ ਲਓ, ਇਹ ਵੀ ਸਾਡੇ ਕੋਰਸਪੋਂਡਿੰਗ ਐਂਗਲ ਹੈ, ਇਹ ਇਸ ਸਾਈਡ 'ਤੇ ਬਣਦੇ ਪਏ, ਸੇਮ ਸਾਈਡ 'ਤੇ ਆ ਅਤੇ ਸੇਮ ਡਾਇਰੈਕਸ਼ਨ 'ਚ, ਠੀਕ ਹੈ। ਇਹ ਦੇਖੋ, ਇਹ ਲਾਈਨ ਇੱਦਾਂ ਕੱਟਦੀ ਆ ਅਤੇ ਇਹ ਸੇਮ ਸਾਈਡ ਐਂਡ ਸੇਮ ਡਾਇਰੈਕਸ਼ਨ, ਸਾਈਡ ਟ੍ਰਾਂਸਵਰਸਲ ਲਾਈਨ ਦੀ, ਕਾਟਵੀਂ ਰੇਖਾ ਦੀ, ਇੱਕੋ ਸਾਈਡ 'ਤੇ ਬਣਦੇ ਆ ਇਹ, ਠੀਕ ਹੈ। ਅਤੇ ਇਹਨਾਂ ਦੀ ਡਾਇਰੈਕਸ਼ਨ ਵੀ ਇੱਕੋ ਹੀ ਹੁੰਦੀ ਆ, ਇਹ ਨਹੀਂ ਵੀ ਇੱਕ ਇੱਧਰ ਨੂੰ ਹੋਵੇ ਅਤੇ ਇੱਕ ਉੱਧਰ ਨੂੰ ਹੋਵੇ, ਇੱਦਾਂ ਨਹੀਂ। ਇਸ ਕਰਕੇ ਇੱਕ ਜਦੋਂ ਲਾਈਨ ਕੱਟਦੀ ਆ ਦੋ ਸਮਾਨਤਾ ਰੇਖਾਵਾਂ ਨੂੰ, ਅਤੇ ਸਾਡੇ ਕੋਲ ਸੰਗਤ ਕੋਨਾਂ ਦੇ ਚਾਰ ਜੋੜੇ ਬਣਦੇ ਆ। ਇਹ ਦੇਖੋ, ਇਹਦਾ ਇਹਦੇ ਨਾਲ ਹੋ ਗਿਆ, ਇਹਦਾ ਜੋੜਾ ਕਿਹਦੇ ਨਾਲ ਬਣਨਾ, ਇਹਦੇ ਨਾਲ, ਠੀਕ ਹੈ। ਇਸ ਕੋਣ ਦਾ ਜੋੜਾ ਕਿਹਦੇ ਨਾਲ ਬਣਨਾ, ਇਸ ਕੋਣ ਦੇ ਨਾਲ, ਦੇਖੋ ਸੇਮ ਸੇਮ ਨਿਸ਼ਾਨੀਆਂ ਲਾ ਰਹੀ। ਇਹਦਾ ਜੋੜਾ ਕਿਹਦੇ ਨਾਲ ਬਣਨਾ, ਇਹਦੇ ਨਾਲ, ਚਾਰ ਜੋੜੇ ਬਣਦੇ ਇੱਥੇ ਕੋਰਸਪੋਂਡਿੰਗ ਐਂਗਲਸ ਦੇ, ਚਾਰ ਜੋੜੇ ਆ। ਇਹ ਨਹੀਂ ਸੋਚਣਾ ਕਿ ਇੱਧਰ ਨੂੰ ਤਾਂ ਹੀ ਕੋਰਸਪੋਂਡਿੰਗ ਐਂਗਲ ਆ, ਨਹੀਂ, ਇੱਦਾਂ ਵੀ ਕੋਰਸਪੋਂਡਿੰਗ ਐਂਗਲ ਆ, ਇੱਦਾਂ ਵੀ ਕੋਰਸਪੋਂਡਿੰਗ ਐਂਗਲ ਆ, ਇੱਧਰ ਨੂੰ ਵੀ ਕੋਰਸਪੋਂਡਿੰਗ ਐਂਗਲ ਆ, ਅਤੇ ਸਾਡੀ ਜਿਹੜੀ ਇੱਕ ਡਾਇਰੈਕਸ਼ਨ ਇਹ ਰਹਿ ਗਈ ਸੀ, ਇਹ ਵੀ ਕੋਰਸਪੋਂਡਿੰਗ ਐਂਗਲ, ਠੀਕ ਹੈ। ਸੰਗਤ ਕੋਣ, ਅੱਛਾ, ਜੇ ਲਾਈਨਾਂ ਪੈਰਲਲ ਹੈਗੀਆਂ, ਜਿਹਨਾਂ ਲਾਈਨਾਂ ਨੂੰ ਜਿਹੜੀ ਕਾਟਵੀਂ ਰੇਖਾ ਕੱਟਦੀ ਆ, ਜੇ ਉਹ ਲਾਈਨਾਂ ਸਮਾਨ ਅੰਤਰ ਆ, ਤਾਂ ਇਹ ਸੰਗਤ ਕੋਨਾਂ ਦੇ ਜੋੜੇ ਬਰਾਬਰ ਹੁੰਦੇ ਆ, ਠੀਕ ਹੈ। ਇਹ ਜੋੜਾ ਇਹ ਆਪਸ 'ਚ ਬਰਾਬਰ ਹੋਣਗੇ, ਜਿਹਨੇ ਡਿਗਰੀ ਦਾ ਇਹ ਹੋਏਗਾ, ਉਹਨੇ ਡਿਗਰੀ ਦਾ ਇਹ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਆ ਇਕਾਂਤਰ ਅੰਦਰਲੇ ਕੋਣ। ਹੁਣ ਨੈਕਸਟ ਸਾਡੇ ਕੋਲ ਆ ਗਏ ਇਕਾਂਤਰ ਅੰਦਰਲੇ ਕੋਣ, ਠੀਕ ਹੈ। ਇਕਾਂਤਰ ਅੰਦਰਲੇ ਕੋਣ ਲਈ ਇਹ ਦੋ ਸਮਾਨ ਅੰਤਰ ਲਾਈਨਾਂ ਬਣਾਈਆਂ, ਜੇ ਨਾ ਵੀ ਸਮਾਨ ਅੰਤਰ ਹੋਣ ਤਾਂ ਵੀ ਇਹਨਾਂ ਦਾ ਨਾਂ ਇਕਾਂਤਰ ਕੋਣ ਹੀ ਹੋਣਾ, ਇਕਾਂਤਰ ਅੰਦਰਲੇ ਕੋਣ। ਅਤੇ ਜਦੋਂ ਇਹ ਸਮਾਨ ਅੰਤਰ ਹੋ ਗਈਆਂ, ਉਦੋਂ ਇਹ ਬਰਾਬਰ ਹੁੰਦੇ ਆ, ਠੀਕ ਹੈ। ਤਾਂ ਇਕਾਂਤਰ ਅੰਦਰਲੇ ਕੋਨਾਂ ਦੇ ਦੋ ਜੋੜੇ ਬਣਦੇ ਆ, ਜਿੱਦਾਂ ਸੰਗਤ ਕੋਨਾਂ ਦੇ ਚਾਰ ਜੋੜੇ ਬਣਦੇ ਸੀ, ਇਕਾਂਤਰ ਅੰਦਰਲੇ ਕੋਨਾਂ ਦੇ ਦੋ ਜੋੜੇ ਬਣਨੇ, ਠੀਕ ਹੈ। ਤਾਂ ਇਹ ਦੇਖੋ, ਇਕਾਂਤਰ ਅਤੇ ਅੰਦਰਲੇ, ਇਕਾਂਤਰ ਮਤਲਬ ਇੱਧਰੋਂ ਇੰਨਾ, ਅੰਦਰ ਮਤਲਬ ਇਹ ਜਿਹੜੀ ਸਪੇਸ ਹੈ ਇਹਦੇ ਅੰਦਰ ਬਣਦੇ, ਇੱਕ ਜੋੜਾ ਇਹ ਬਣ ਗਿਆ ਇਸ ਲਾਈਨ ਨੇ, ਇਸ ਲਾਈਨ 'ਤੇ ਦੂਜਾ ਵੀ ਬਣਦਾ, ਪਰ ਮੈਂ ਤੁਹਾਨੂੰ ਵੱਖਰਾ ਸਮਝਾ ਦਿੰਦੀ ਇੱਧਰ, ਅਤੇ ਇੱਧਰਲੇ ਪਾਸੇ ਵੀ ਜਿਹੜਾ ਇੱਕ ਇੱਧਰ ਇੱਕ ਇੱਧਰ, ਦੋ ਜੋੜੇ ਬਣਦੇ, ਠੀਕ ਹੈ। ਜੇ ਇੱਕ ਜਗ੍ਹਾ ਦੇਖਣੇ ਆ ਤਾਂ ਇੱਕ ਜਗ੍ਹਾ ਦੇਖੋ, ਇਹ ਵਾਲਾ ਐਂਗਲ ਅਤੇ ਇਹ ਵਾਲਾ ਐਂਗਲ, ਠੀਕ ਹੈ। ਇੱਕ ਜਿਹੜਾ ਦੋ ਦਾ ਇਕਾਂਤਰ ਹੈ, ਤਿੰਨ ਜਿਹੜਾ ਚਾਰ ਦਾ ਇਕਾਂਤਰ, ਇਹ ਇੱਦਾਂ ਜੋੜੇ ਬਣਦੇ ਆ। ਇਹ ਦੋਨੇ ਜੋੜੇ ਆਪ ਤਿੰਨ ਜਿਹੜਾ ਚੌਥੇ ਦੇ ਬਰਾਬਰ ਹੋਏਗਾ, ਇੱਕ ਜਿਹੜਾ ਦੂਸਰੇ ਦੇ ਬਰਾਬਰ ਹੋਏਗਾ, ਕਦੋਂ, ਜਦੋਂ ਇਹ ਦੋਨੇ ਰੇਖਾਵਾਂ ਜਿਹੜੀਆਂ ਸਮਾਨ ਅੰਤਰ ਹੋਣਗੀਆਂ। ਜੇ ਸਮਾਨ ਅੰਤਰ ਨਹੀਂ ਹੈ ਤਾਂ ਫਿਰ ਇਹ ਬਰਾਬਰ ਨਹੀਂ ਹੋਣੇ, ਪਰ ਨਾ ਇਹਨਾਂ ਦਾ ਇਕਾਂਤਰ ਅੰਦਰਲੇ ਕੋਣ ਹੀ ਹੋਣਾ, ਠੀਕ ਹੈ। ਇੱਕ ਹੁੰਦੇ ਇਕਾਂਤਰ ਬਾਹਰਲੇ ਕੋਣ, ਇਕਾਂਤਰ ਇੱਥੇ ਨਹੀਂ ਲਿਖੇ ਹੋਏ, ਪਰ ਇੱਥੇ ਅੰਤ ਕਰਦੇ ਕਰਦੇ ਮੈਨੂੰ ਆ ਗਿਆ ਦਿਮਾਗ 'ਚ ਕਿ ਇਕਾਂਤਰ ਬਾਹਰਲੇ ਕੋਣ ਵੀ ਹੁੰਦੇ ਆ। ਅਤੇ ਇਕਾਂਤਰ ਬਾਹਰਲੇ ਕੋਣ, ਇਹ ਦੇਖੋ ਇੱਥੇ, ਇਹਦੇ ਓਪੋਜ਼ਿਟ ਇੱਥੇ, ਠੀਕ ਹੈ। ਇਹ ਇਕਾਂਤਰ ਬਾਹਰਲੇ ਕੋਨਾਂ ਦਾ ਜੋੜਾ, ਇਹ ਵੀ ਦੋ ਜੋੜੇ ਬਣਦੇ ਆ, ਇਹਦੇ ਨਾਲ ਇਹ ਬਣੇਗਾ, ਮਤਲਬ ਇਹ ਤਾਂ ਇਹ ਦੋਨੇ ਬਰਾਬਰ ਹੋਣਗੇ, ਇਹ ਤਾਂ ਇਹ ਦੋਨੇ ਬਰਾਬਰ ਹੋਣਗੇ, ਜੇ ਇਹ ਰੇਖਾਵਾਂ ਸਮਾਨ ਅੰਤਰ ਹੈਗੀਆਂ ਤਾਂ, ਠੀਕ ਹੈ। ਅਤੇ ਹੁਣ ਇਕਾਂਤਰ ਅੰਦਰਲੇ ਪਾਸੇ ਦੇ ਕੋਣਾਂ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਇੱਕ ਪਾਸੇ ਦੇ ਅੰਦਰਲੇ ਕੋਣ, ਇੰਟੀਰੀਅਰ ਐਂਗਲ ਔਨ ਦਾ ਸੇਮ ਸਾਈਡ ਆਫ ਦਾ ਟ੍ਰਾਂਸਵਰਸਲ ਲਾਈਨ, ਠੀਕ ਹੈ। ਤਾਂ ਅੰਦਰਲੇ ਇੱਕ ਪਾਸੇ ਦੇ ਕੋਣ ਦੇਖੋ, ਇਹਦੇ ਨਾਲ ਹੋ ਜਾਣਗੇ ਇਸ ਲਾਈਨ ਦੇ ਨਾਲ ਅੰਦਰਲੇ ਇੱਕ ਪਾਸੇ ਦੇ ਕੋਣ, ਇਹ ਦੇਖੋ ਅੰਦਰ ਬਣਨਗੇ, ਅਤੇ ਟ੍ਰਾਂਸਵਰਸਲ ਲਾਈਨ ਦੇ ਇੱਕ ਪਾਸੇ ਬਣਨਗੇ, ਦੋਨੇ ਅੰਦਰ ਬਣਨੇ ਆ ਅਤੇ ਦੋਨੇ ਟ੍ਰਾਂਸਵਰਸਲ ਲਾਈਨ ਦੇ ਇੱਕ ਪਾਸੇ ਬਣਨੇ, ਦੂਜੇ ਪਾਸੇ ਨਹੀਂ ਬਣਨੇ, ਆਲਟਰਨੇਟ ਨਹੀਂ ਬਣਨੇ, ਇੱਕੋ ਪਾਸੇ ਬਣਨੇ, ਇਹ ਬਰਾਬਰ ਨਹੀਂ ਹੁੰਦੇ,
ਜੇ ਰੇਖਾਵਾਂ ਸਮਾਨਾਂਤਰ ਹੈ ਤਾਂ ਇਹ ਬਰਾਬਰ ਤਾਂ ਨਹੀਂ ਹੁੰਦੇ ਪਰ ਇਹਨਾਂ ਦਾ ਜੋੜ 180 ਡਿਗਰੀ ਹੁੰਦਾ ਠੀਕ ਹੈ ਜਿਹੜੇ ਅੰਦਰਲੇ ਇੱਕ ਪਾਸੇ ਦੇ ਕੋਣ ਹੈ ਉਹਨਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ ਠੀਕ ਹੈ ਇਹ ਤਾਂ ਸਾਡੇ ਹੋ ਗਏ ਸਮਾਨਾਂਤਰ ਰੇਖਾਵਾਂ ਨਾਲ ਸੰਬੰਧਿਤ ਕੋਣ ਠੀਕ ਹੈ ਤੇ ਅੱਗੇ ਆ ਗਿਆ ਸਾਡੇ ਕੋਲ ਸਿਖਰ ਸਨਮੁਖ ਕੋਣ ਸਿਖਰ ਸਨਮੁਖ ਕੋਣ ਜਿਹੜਾ ਜਿੱਥੇ ਵੀ ਦੋ ਰੇਖਾਵਾਂ ਕੱਟ ਜਾਂਦੀਆਂ ਆਪਸ ਚ ਉੱਥੇ ਬਣ ਜਾਂਦੇ ਕਿਉਂਕਿ ਜਿੱਥੇ ਕੱਟਦੀਆਂ ਉੱਥੇ ਇੱਕ ਸਿਖਰ ਬਣ ਜਾਂਦਾ ਤੇ ਇਹ ਸਿਖਰ ਦੇ ਇਧਰਲਾ ਕੋਣ ਇਧਰਲਾ ਕੋਣ ਸਨਮੁਖ ਮੈਨੇ ਸਾਹਮਣੇ ਵਰਟੀਕਲੀ ਆਪੋਜ਼ਿਟ ਐਂਗਲ ਮਤਲਬ ਇਹ ਵਰਟੀਕਲੀ ਆਪੋਜ਼ਿਟ ਠੀਕ ਹੈ ਇੱਕ ਦੂਜੇ ਦੇ ਬਿਲਕੁਲ ਆਪੋਜ਼ਿਟ ਜਿਹੜੇ ਉਹਨਾਂ ਨੂੰ ਅਸੀਂ ਕਹਿੰਦੇ ਆ ਸਿਖਰ ਸਨਮੁਖ ਕੋਣ ਠੀਕ ਹੈ ਉਹਨਾਂ ਨੂੰ ਅਸੀਂ ਕਹਿੰਦੇ ਸਿਖਰ ਸਨਮੁਖ ਕੋਣ ਉਸ ਤੋਂ ਬਾਅਦ ਇਹ ਬਰਾਬਰ ਹੁੰਦੇ ਆ ਫਿਰ ਠੀਕ ਹੈ ਸਿਖਰ ਸਨਮੁਖ ਕੋਣ ਜਿਹੜੇ ਆ ਇਹ ਜੋੜਾ ਬਰਾਬਰ ਹੁੰਦਾ ਇਹਦੇ ਦੋ ਜੋੜੇ ਬਣਦੇ ਸਿਖਰ ਸਨਮੁਖ ਕੋਣ ਦੇ ਕਿੱਧਰ ਇਹ ਵਾਲਾ ਕੋਣ ਇਹਦੇ ਬਰਾਬਰ ਹੁੰਦਾ ਇਹ ਕੋਣ ਇਹਦੇ ਬਰਾਬਰ ਠੀਕ ਹੈ ਸਿਖਰ ਸਨਮੁਖ ਕੋਣਾਂ ਦਾ ਵੀ ਹੋ ਗਿਆ ਉਸ ਤੋਂ ਬਾਅਦ ਆ ਜਾਂਦਾ ਰੇਖੀ ਜੋੜਾ ਰੇਖੀ ਜੋੜਾ ਹੁੰਦਾ ਜਦੋਂ ਦੋ ਕੋਣ ਮਿਲ ਗਏ ਜਾਂ ਦੋ ਕੋਣ ਹੈ ਇਹ ਮਿਲ ਗਏ ਤਾਂ ਥੱਲੇ ਆ ਸਿੱਧੀ ਲਾਈਨ ਬਣ ਗਈ ਠੀਕ ਹੈ ਉਹਨੂੰ ਅਸੀਂ ਰੇਖੀ ਜੋੜਾ ਕਹਿੰਦੇ ਹਾਂ ਤੇ ਇਹਦਾ ਜੋੜ ਜਿਹੜਾ 180 ਡਿਗਰੀ ਹੁੰਦਾ ਦੋਨਾਂ ਦਾ ਠੀਕ ਹੈ ਜਿਹੜੇ ਦੋ ਕੋਣ ਰਲ ਕੇ ਬਣ ਇੱਕ ਸਿੱਧੀ ਲਾਈਨ ਬਣਾਉਂਦੇ ਆ ਇਹਦਾ ਮਤਲਬ ਉਹਨਾਂ ਦਾ ਜੋੜ 180 ਡਿਗਰੀ ਆ ਤਾਂ ਹੀ ਸਿੱਧੀ ਲਾਈਨ ਬਣੀ ਆ ਤੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਰੇਖੀ ਜੋੜਾ ਠੀਕ ਹੈ ਲੀਨੀਅਰ ਪੇਅਰ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਪੂਰਕ ਕੋਣ ਪੂਰਕ ਕੋਣ ਦੇਖੋ ਪੂਰਕ ਕੋਣ ਕੀ ਹੁੰਦੇ ਆ ਜਿੱਦਾਂ ਮੰਨ ਲਓ ਇੱਥੇ ਮੈਂ 60 ਦਾ ਕੋਣ ਬਣਾਤਾ ਇੱਥੇ 30 ਦਾ ਬਣਾਤਾ ਇਹ ਦੋਵੇਂ ਕੋਣ ਇੱਕ ਦੂਜੇ ਦੇ ਪੂਰਕ ਕੋਣ ਹੈ ਇਹਨਾਂ ਦਾ ਜੋੜ ਜਿਹੜਾ 90 ਡਿਗਰੀ ਹੋਏਗਾ ਠੀਕ ਹੈ ਇੱਧਰ 45-45 ਦੇ ਵੀ ਬਣ ਸਕਦੇ ਦੋ 70-20 ਦਾ ਵੀ ਬਣ ਸਕਦਾ 20-70 ਬਣ ਸਕਦਾ ਇੱਦਾਂ ਕੋਈ ਵੀ ਦੋ ਕੋਣ ਹੈ ਜਿਨ੍ਹਾਂ ਦਾ ਜੋੜ ਜਦੋਂ 90 ਡਿਗਰੀ ਹੋ ਜੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਉਹ ਪੂਰਕ ਕੋਣ ਹੈ ਕੰਪਲੀਮੈਂਟਰੀ ਐਂਗਲ ਠੀਕ ਹੈ ਕਿਹੜੇ ਐਂਗਲਸ ਹੈਗੇ ਉਹ ਕੰਪਲੀਮੈਂਟਰੀ ਐਂਗਲ ਹੈ ਹੁਣ ਸਪਲੀਮੈਂਟਰੀ ਸੰਪੂਰਕ ਜਦੋਂ ਦੋ ਕੋਣਾਂ ਦਾ ਜੋੜ ਕਿੰਨਾ ਹੋ ਜੇ 180 ਡਿਗਰੀ ਜਦੋਂ ਦੋ ਕੋਣ ਕੋਈ ਵੀ ਹੈਗੇ ਆ ਇਹ ਜ਼ਰੂਰੀ ਨਹੀਂ ਉਹਨਾਂ ਵਾਸਤੇ ਕਿ ਉਹ ਇਕੱਠੇ ਹੀ ਹੋਣ ਉਹ ਵੱਖਰੇ ਵੱਖਰੇ ਹੋ ਸਕਦੇ ਆ ਜਿੱਦਾਂ 105 ਡਿਗਰੀ ਦਾ ਮੈਂ ਇੱਥੇ ਬਣਾਤਾ ਇਹ 105 ਡਿਗਰੀ ਦਾ ਸਪੋਜ਼ ਕਰੋ ਤੇ ਇੱਥੇ ਮੈਂ ਇੱਕ ਐਂਗਲ ਬਣਾਤਾ 75 ਡਿਗਰੀ ਦਾ ਇਹਨਾਂ ਦੋਨਾਂ ਨੂੰ ਜੋੜੀਏ ਤਾਂ 180 ਡਿਗਰੀ ਬਣਦਾ ਦੋਨਾਂ ਨੂੰ ਜੋੜ ਦਈਏ ਤਾਂ 180 ਡਿਗਰੀ ਇਹਨਾਂ 'ਚ ਕੰਪਲਸ਼ਨ ਕੋਈ ਨਹੀਂ ਕਿ ਬਰਾਬਰ ਹੋਣਗੇ ਠੀਕ ਹੈ ਇਹਨਾਂ ਨੂੰ ਅਸੀਂ ਪੰਜਾਬੀ 'ਚ ਬੋਲਦੇ ਸੰਪੂਰਕ ਕੋਣ ਜਿਹੜੇ ਕੋਈ ਵੀ ਦੋ ਕੋਣ ਆ ਇੱਧਰ ਉੱਧਰ ਕਿਤੇ ਵੀ ਪਏ ਆ ਜਦੋਂ ਉਹਨਾਂ ਦਾ ਜੋੜ 180 ਡਿਗਰੀ ਬਣਦਾ ਤਾਂ ਉਹ ਦੋਨੇ ਕੋਣ ਇੱਕ ਦੂਜੇ ਦੇ ਸੰਪੂਰਕ ਕੋਣ ਹੁੰਦੇ ਆ ਯਾਨੀ ਕਿ ਸਪਲੀਮੈਂਟਰੀ ਕੋਣ ਹੁੰਦੇ ਆ ਠੀਕ ਹੈ ਸੋ ਇਹ ਜਿਹੜੇ ਮੇਨ ਅਸੀਂ ਕੋਣ ਕੋਣਾਂ ਬਾਰੇ ਗੱਲ ਕਰਦੇ ਹਾਂ ਇਹ ਬਹੁਤ ਜਗ੍ਹਾ ਤੁਹਾਡੇ ਕੰਮ ਆਉਣੇ ਆ ਇਹਨਾਂ ਨੂੰ ਆਪਣੇ ਦਿਮਾਗ 'ਚ ਰੱਖਣਾ ਪੈਰਲਲ ਲਾਈਨਸ ਦੇ ਨਾਲ ਇੱਕ ਟ੍ਰਾਂਸਵਰਸਲ ਲਾਈਨ ਠੀਕ ਹੈ ਤੇ ਉੱਥੇ ਜਿਹੜੇ ਕੋਣ ਬਣਦੇ ਆ ਉਹਨਾਂ ਕੋਣਾਂ ਦਾ ਆਪਸ ਵਿੱਚ ਕੀ ਸੰਬੰਧ ਹੁੰਦਾ ਕੀ ਰਿਲੇਸ਼ਨ ਹੁੰਦਾ ਆਪਸ 'ਚ ਉਹਨਾਂ ਨੇ ਇੱਕ ਦੂਜੇ ਨੂੰ ਕਿੱਦਾਂ ਪ੍ਰਭਾਵਿਤ ਕਰਦੇ ਆ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਇਹ ਤੁਹਾਡੇ ਇਸ ਲੈਸਨ ਦੇ ਵਿੱਚ ਇਸ ਤੋਂ ਅੱਗੇ ਹੋਰ ਬਹੁਤ ਸਾਰੇ ਲੈਸਨਸ ਦੇ ਵਿੱਚ ਇਹ ਕੰਮ ਆਉਣਗੀਆਂ ਓਕੇ ਬਾਏ